पंजाब के औद्योगिक शहर लुधियाना में लूट की बड़ी वारदात हुई है, जिसमें 10 हथियारबंद बदमाशों ने लुधियाना में एक एक निजी फर्म के कार्यालय से 7 करोड़ रुपए की भारी नकदी लूट की है। लूट की बड़ी वारदात के बाद इलाके में अफरा तफरी का माहौल है। मौके पर पुलिस के आला अधिकारी मौजूद हैं। इलाके के पुलिस कमिश्नर मनदीप सिंह सिद्धू ने बताया कि लूट की ये वारदात शुक्रवार और शनिवार की दरमियानी रात में राजगुरु नगर के पास स्थित जानी मानी कैश मैनेजमेंट फर्म CMS कंपनी के दफ्तर में हुई। पुलिस ने बताया कि आमतौर पर कंपनी की 15 कैश वैन वहां तैनात रहती हैं। बता दें कि जिस वैन से लुटेरों ने 7 करोड़ रुपए लूटे, वो वैन फिरोजपुर रोड स्थित गांव पंडोरी के पास मिली है। लुधियाना से फिरोजपुर की ओर जाने के क्रम में गांव पंडोरी के पास लुटेरों ने वैन को हाईवे उतारा और उसे छोड़कर फरार हो गए। पुलिस कमिश्नर मनदीप सिंह सिद्धू ने बताया कि डकैती से पहले मौके पर लगे CCTV को नष्ट करने वाले बदमाशों का पता लगाने के लिए एक अभियान शुरू किया गया है। लुधियाना विखे CMS कैश ट्रांसफर सिक्योरिटी एजेंसी है, उन्हां दा राजगुरु नगर विखे एक ऑफिस है जिथे इन्हां दीआं कैश वैन खड़दीआं, जिहड़ीआं लगभग 1500 कैश इत्थे खड़दी। रात उहदे विखे जिहड़ी इक घटना होई है, ਵਿੱਚ ਕੰਪਨੀ ਦੱਸਿਆ ਕਿ ਕਰੋੜ ਕਰੀਬ ਦਾ ਮੁੰਟਾ ਪਿਆ ਕੁਰਮੀ, ਉਹਦੇ ਵਿੱਚ ਇਹਨਾਂ ਕਮਰਿਆਂ 'ਚ ਤਾੜ ਕੇ ਉਹ ਕੈਸ਼ ਲੁੱਟਿਆ। ਉਹਦੇ ਵਿੱਚ ਅਸੀਂ ਜਿਹੜੀ ਪਲ ਤੋਂ ਆਇਆ ਇਹਨਾਂ ਇਸ ਉਹਦੇ ਵਿੱਚ ਅਸੀਂ ਜਿਹੜੀ ਪਲ ਤੋਂ ਆਇਆ ਇਹਨਾਂ ਇਸ ਜਿਹਦੇ ਵਿੱਚ ਲਗਭਗ 4-5 ਜਣਾਂ ਦੇ ਸੀ ਅਤੇ 2 ਆਮ ਸਿਕਿਉਰਟੀ ਗਾਰਡ ਵੀ ਹਾਜ਼ਰ ਸੀ, ਉਹਨਾਂ ਦੇ ਵੈਪਨ ਵੀ ਇੱਥੇ ਪਏ। ਇਹਨਾਂ ਦੱਸਣ ਮੁਤਾਬਕ ਇਹਨਾਂ ਅੜਤਾ ਅਤੇ ਉਹ ਸਿਕਿਉਰਟੀ ਗਾਰਡ ਅਤੇ ਉਹ ਸਿਕਿਉਰਟੀ ਗਾਰਡ ਐਕਟ ਨਹੀਂ ਕਰ ਪਾਏ। ਚੈਸਟ ਵੀ ਹੈ ਉਹਦੇ ਵਿੱਚ ਐਸ਼ੀ ਕੈ ਬਾਹਰ ਫਰੀ ਫਲੋ ਸੀ, ਜਿਹੜੇ ਆਦਮੀ ਉਹ ਲੈ ਕੇ ਚਲੇ ਗਏ ਆ ਉਹਦੇ ਹੁਣ ਦੀ ਇਹ ਕਾਊਂਟ ਕਰ ਰਹੀ ਆ। ਉਹਦੇ ਵਿੱਚ ਲਗਭਗ 4 ਕਰੋੜ ਦੇ ਕੈਸ਼ ਇੱਥੇ ਪਿਆ ਹਜੇ, ਮਤਲਬ ਇਹਦਾ ਕਹਿਣ ਦਾ ਕਿ 7 ਕਰੋੜ ਦੀ ਜਾਂ 7 ਕਰੋੜ ਦੀ ਹਜੇ ਗਿਣ ਰਹੇ ਆ, ਹਜੇ ਕਾਫੀ ਕੈ ਜਿਹੜਾ ਉਵੇਂ ਉਹਨਾਂ ਦਾ। ਉਹਦੇ ਵਿੱਚ ਜਿਹੜੇ ਮੁੜ ਤੌਰ ਤੋਂ ਸਾਨੂੰ ਟਰੈਕ ਹੋਰ ਇੰਪੋਰਟੈਂਟ ਸੀ, ਲਗਭਗ ਇਹ ਦੱਸਿਆ ਗਿਆ ਕਿ ਜੇ ਦੇ ਕਰੀਬ ਸੁਬਾ ਇਹਨਾਂ ਨੇ 7 ਦੇ ਕਰੀਬ ਅਸੀਂ ਡਾਨਾ ਚਿਰ ਅੰਦਰ ਰਹੇ, 7 ਦੇ ਕਰੀਬ ਸਾਨੂੰ ਕਾਨੂੰਨ 'ਤੇ ਇਨਫੋਰਮੇਸ਼ਨ ਆਈ, ਸਾਰੇ ਆਫਿਸ ਗਏ ਜੋ ਵਾਈਟਲ ਦਾ ਉਹ ਚੈੱਕ ਕਰਦੇ ਹਾਂ। ਉਹਦੇ ਵਿੱਚੋਂ ਇੱਕ ਕੈਸ਼ ਵੈਨ ਸਾਨੂੰ ਅਸੀਂ ਮੁੱਲਾਪੁਰ ਦਾਖੇ ਏਰੀਏ ਦੇ ਵਿੱਚ ਟਰੇਸ ਕਰ ਲਈ ਹੈ, ਉੱਥੇ ਸਾਡੀ ਪਾਰਟੀ ਪਹੁੰਚ ਗਈ ਆ। ਉਹ ਕੈਸ਼ ਵੈਨ ਅਬੰਡੈਂਟ ਪਈ ਹੈ, ਉਹਦੇ ਵਿੱਚ 2 ਵੈਪਨ ਵੀ ਪਏ ਹੈ। ਉਹ ਅਸੀਂ ਕੈਸ਼ ਵੈਨ ਤੋਂ ਅੱਗੇ ਅਸੀਂ ਜਿਹੜੀਆਂ ਇਹਦੇ ਸਵਿਫਟਲੀ ਕੰਮ ਕਰਦਿਆਂ ਉਹਦੇ ਵਿੱਚ ਹੁਣ ਤੱਕ ਟਰੇਸ ਹੋ ਗਿਆ। ਬਾਕੀ ਕੇਸਾਂ ਵਾਂਗੂ ਵੀ ਇਹ ਕੇਸ ਵੀ ਅਸੀਂ ਪੂਰਾ ਜ਼ੋਰ ਲਾ ਕੇ ਇਹਨੂੰ ਕਰਾਂਗੇ। ਨਹੀਂ ਜਿਹੜੀ ਵੈਨ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ 2